ਨਾਬਾਲਿਗ ਲੜਕੀ ਨੂੰ ਛੇੜਛਾੜ ਤੋਂ ਰੋਕਣ ਤੇ ਦੇਖੋ ਲੜਕੀ ਦੇ ਪਰਿਵਾਰਿਕ ਮੈਂਬਰਾਂ ਤੇ ਲੜਕੇ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ। ਉਸ ਮੁੰਡਿਆਂ ਨੇ ਸਵੇਰੇ ਤੜਕੇ 5 ਵਜੇ ਦੇ ਕਰੀਬ ਉੱਪਰੋਂ ਛੱਤ ਤੋਂ ਆਏ, ਸਾਡੀ ਛੱਤ ਖੁੱਲ੍ਹੀ ਆ, ਉੱਪਰ ਪੌੜੀ 'ਤੇ ਕੋਈ ਲੱਗਿਆ ਨਹੀਂ, ਗੁੰਮਚੇ ਵਗੈਰਾ 15-20 ਇਕੱਠੇ ਜਣੇ ਹੋਏ ਜਿਹੜੇ ਤੇਜ਼ਧਾਰ ਹਥਿਆਰ ਸੀ ਉਹਨਾਂ ਦੇ ਕੋਲ, ਅਤੇ ਉਹਨਾਂ ਨੇ ਆ ਕੇ ਜੀ ਮੇਰੇ ਨਾਲ ਕੁੱਟਮਾਰ ਸ਼ੁਰੂ ਕਰਨੀ ਕੀਤੀ। ਨਾਬਾਲਿਗ ਲੜਕੀ ਦਾ ਪਰਿਵਾਰ ਹੋਇਆ ਗੰਭੀਰ ਜ਼ਖਮੀ। 4:30 ਵਜੇ ਲੋਕ ਆਏ, 20-25 ਲੋਕ ਆਏ ਸਾਡੇ ਘਰ ਆ ਕੇ, ਉਹਨਾਂ ਨੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਅਤੇ ਮੇਰੇ ਹਸਬੈਂਡ ਅਤੇ ਮੇਰੇ ਬੇਟੇ ਨੂੰ ਲਹੂਲਹਾਣ ਕਰਕੇ ਇੱਕ ਤਰਫਾ ਮਾਰ ਕੇ ਚਲੇ ਗਏ ਸੀ। ਨਾਬਾਲਿਗ ਲੜਕੀ ਦਾ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ। ਕੋਈ ਰੰਜਿਸ਼ ਨਹੀਂ ਸੀ ਹੈਗੀ ਜੀ, ਮੇਰੀ ਬੇਟੀ ਆ 15 ਸਾਲ ਦੀ, ਅਤੇ ਉਹਨੂੰ ਇੱਕ ਲੜਕਾ ਜੀ ਜੋਬਨ ਉਹ ਤੰਗ ਪਰੇਸ਼ਾਨ ਕਰਦਾ ਸੀ, ਰਸਤੇ ਦੇ ਵਿੱਚ ਘੇਰਦਾ ਸੀ, ਧਮਕੀਆਂ ਦਿੰਦਾ ਸੀ ਕਿ ਮੇਰਾ ਨੰਬਰ ਫੜ, ਮੇਰੇ ਨਾਲ ਗੱਲਬਾਤ ਕਰ, ਅਤੇ ਜੇ ਤੂੰ ਨਹੀਂ ਕਰੇਂਗੀ ਮੈਂ ਤੇਰੇ ਭਰਾ ਨੂੰ ਜਾਂ ਤੈਨੂੰ ਮਾਰ ਦੂੰਗਾ, ਤੁਹਾਡੇ ਘਰ ਮੈਂ ਉਤਰ ਆਊਂਗਾ, ਮੈਨੂੰ ਕੋਈ ਰੋਕ ਨਹੀਂ ਸਕਦਾ। ਪੀੜਿਤ ਪਰਿਵਾਰ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਦਾਖਲ। ਹਾਂਜੀ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਸਾਨੂੰ ਕੋਈ ਪੁੱਛ ਨਹੀਂ ਰਿਹਾ ਹੈ, ਅਤੇ ਉਹਨਾਂ ਨੂੰ ਹੀ ਸਾਨੂੰ ਸਿਰਫ ਇਹੀ ਕਿਹਾ ਜਾਂਦਾ ਹੈ ਕਿ ਰਾਜ਼ੀਨਾਮਾ ਕਰ ਲਓ, ਕਿੰਨੇ ਲੋਕ ਆਉਂਦੇ ਸਾਨੂੰ ਫੋਨ ਆਉਂਦੇ ਵੀ ਬਸ ਰਾਜ਼ੀਨਾਮਾ ਕਰ ਲਓ। ਪੀੜਿਤ ਪਰਿਵਾਰ ਨੇ ਮੀਡੀਆ ਅੱਗੇ ਦੱਸਿਆ ਆਪਣਾ ਦੁੱਖੜਾ। ਇਹਨਾਂ ਦਾ ਅਸੀਂ ਝਗੜਾ ਹੈ, ਇਹ ਦੋਨਾਂ ਘਰਾਂ ਨੇ ਡਾਂਟ ਲੈ ਕੇ ਹਸਪਤਾਲ ਦਾਖਲ, ਬਲਵਿੰਦਰ ਸਿੰਘ ਧਿਰ ਦਾਖਲਾ, ਬਲਵਿੰਦਰ ਸਿੰਘ ਧਿਰ ਦਾ ਮੁੜ ਕੇ ਨਾ ਅਸੀਂ ਸਾਧ ਸਿੰਘ ਬਿਆਨ ਜਾਣ ਗਿਆ ਕਾਵੇਰੀ, ਤਾਂ ਉਹਨਾਂ ਬਲਵਿੰਦਰ ਸਿੰਘ ਨੇ ਬਿਆਨ ਦਿੱਤਾ ਆਪਣਾ ਵੀ ਜਿੰਨਾ ਚਿਰ ਮੇਰੀ MLR ਜਾਰੀ ਨਹੀਂ ਹੁੰਦੀ, ਆਪਣੀ ਲੰਬੀਆਂ ਸੱਟਾਂ ਦਾ ਨਤੀਜਾ ਨਹੀਂ ਆਉਂਦਾ, ਉਹਨਾਂ ਚਿਰ ਮੈਂ ਕਾਰਵਾਈ ਨਹੀਂ ਕਰਾਉਣੀ, ਨਤੀਜਾ ਆਉਣ 'ਤੇ ਮੈਂ ਕਾਰਵਾਈ ਕਰਾਵਾਂਗਾ। ਜੀ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ। ਪੀੜਿਤ ਪਰਿਵਾਰ ਦਾ ਕਹਿਣਾ ਹੈ ਉਲਟਾ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਤੇ ਹੀ ਰਾਜੀਨਾਮਾ ਕਰਨ ਦਾ ਬਣਾਇਆ ਜਾ ਰਿਹਾ ਦਬਾਅ। ਸ਼ਬਦਾਂ ਦੀ ਤਾਕਤ ਏਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਆਸ਼ੂਦੀਪ ਕੌਰ ਸਵਾਗਤ ਕਰਦੀ ਹਾਂ। ਅਕਸਰ ਹੀ ਅਸੀਂ ਬਲਾਤਕਾਰ ਦੀਆਂ ਖਬਰਾਂ ਰੋਜ਼ਾਨਾ ਹੀ ਨਸ਼ਰ ਕਰਦੇ ਹਾਂ, ਜਿਸ ਦੇ ਵਿੱਚ ਛੋਟੀਆਂ ਛੋਟੀਆਂ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ, ਜਿਸ ਦੇ ਵਿੱਚ ਨਾਬਾਲਿਗ ਲੜਕੀ ਨੂੰ ਛੇੜਛਾੜ ਕਰਨ ਤੋਂ ਰੋਕਣਾ ਪਰਿਵਾਰ ਨੂੰ ਮਹਿੰਗਾ ਪੈ ਗਿਆ। ਪਰਿਵਾਰ ਨੇ ਲੜਕੀ ਨਾਲ ਛੇੜਛਾੜ ਕਰਨ ਤੋਂ ਲੜਕੇ ਨੂੰ ਰੋਕਿਆ ਤਾਂ ਉਸ ਲੜਕੇ ਨੇ ਤੇਜ਼ਧਾਰ ਹਥਿਆਰਾਂ ਨਾਲ ਲੜਕੀ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਹੁਣ ਉਹ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਨੇ। ਪਰ ਉਹਨਾਂ ਦਾ ਕਹਿਣਾ ਕਿ ਪੁਲਿਸ ਪ੍ਰਸ਼ਾਸਨ ਸਾਡੇ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ, ਉਲਟਾ ਹੀ ਸਾਡੇ ਤੇ ਰਾਜੀਨਾਮਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ। ਦੱਸਦਿਆਂ ਇਸ ਪੂਰੇ ਮਾਮਲੇ ਬਾਰੇ, ਅੰਮ੍ਰਿਤਸਰ ਦੇ ਥਾਣਾ ਵੀਰਕਾ ਇਲਾਕੇ ਦੇ ਵਿੱਚ ਇੱਕ ਨਾਬਾਲਿਗ ਲੜਕੀ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਲੜਕੇ ਵੱਲੋਂ ਨਾਬਾਲਿਗ ਲੜਕੀ ਨਾਲ ਜ਼ਬਰਦਸਤੀ ਗੱਲਬਾਤ ਕਰਨ ਲਈ ਕਿਹਾ ਗਿਆ। ਜਦੋਂ ਲੜਕੀ ਨੇ ਮਨਾ ਕੀਤਾ ਤਾਂ ਲੜਕੇ ਵੱਲੋਂ ਲੜਕੀ ਦੇ ਘਰ 'ਚ ਦਾਖਲ ਹੋ ਕੇ ਲੜਕੀ ਦੇ ਪਰਿਵਾਰਿਕ ਮੈਂਬਰਾਂ 'ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ, ਜਿਸ ਦੇ ਚਲਦਿਆਂ ਲੜਕੀ ਦਾ ਪਿਤਾ ਅਤੇ ਛੋਟਾ ਭਰਾ, ਉਸਦੀ ਉਮਰ 17 ਦੇ ਕਰੀਬ ਹੈ, ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਰੋ ਕੇ ਆਪਣਾ ਦੁਖੜਾ ਸੁਣਾਇਆ। ਦੱਸਿਆ ਕਿ ਉਹਨਾਂ ਦੀ ਲੜਕੀ ਨਾਬਾਲਿਗ ਹੈ ਜੋ ਸਕੂਲ ਚ ਪੜ੍ਹਨ ਜਾਂਦੀ ਤੇ ਇੱਕ ਲੜਕਾ ਉਸਨੂੰ ਰੋਕ ਕੇ ਤੰਗ ਪਰੇਸ਼ਾਨ ਕਰਦਾ ਸੀ। ਤਾਂ ਇੱਕ ਦਿਨ ਉਸਨੇ ਸਾਡੀ ਲੜਕੀ ਨੂੰ ਆਪਣਾ ਮੋਬਾਈਲ ਨੰਬਰ ਦੇ ਦਿੱਤਾ, ਕਿਹਾ ਜੇਕਰ ਤੂੰ ਮੇਰੇ ਨਾਲ ਗੱਲ ਨਹੀਂ ਕੀਤੀ ਤਾਂ ਤੇਰੇ ਭਰਾ ਨੂੰ ਮਾਰ ਦੇਵਾਂਗਾ। ਲੜਕੀ ਦੇ ਪਰਿਵਾਰ ਨੇ ਕਿਹਾ ਕਿ ਲੜਕੇ ਨੇ ਧਮਕੀ ਦਿੱਤੀ ਕਿ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਨਾ ਹੀ ਮੈਨੂੰ ਕੋਈ ਰੋਕ ਸਕਦਾ। ਉਹਨਾਂ ਕਿਹਾ ਕਿ ਲੜਕੀ ਘਰ ਵਿੱਚ ਇਕੱਲੀ ਸੀ ਤੇ ਅਸੀਂ ਚਰਚ ਵਿੱਚ ਗਏ ਹੋਏ ਸੀ। ਜਦੋਂ ਅਸੀਂ ਘਰ ਆਏ ਤਾਂ ਸਾਡੀ ਲੜਕੀ ਨੇ ਸਾਰੀ ਗੱਲ ਦੱਸੀ। ਲੜਕਾ ਜਿਸਦਾ ਜੋਬਨ ਨਾ ਆ ਉਹ ਤੰਗ ਪਰੇਸ਼ਾਨ ਕਰਦਾ ਹੈ ਅਤੇ ਅਸੀਂ ਮੁਹੱਲੇ ਦੇ ਮੋਤਬਰ ਬੰਦੇ ਇਕੱਠੇ ਕਰਕੇ ਉਸ ਲੜਕੇ ਦੇ ਘਰ ਗਏ ਤਾਂ ਉਹਨਾਂ ਨੇ ਸਮਝਾਇਆ ਕਿ ਸਾਡੀ ਲੜਕੀ ਨਾਬਾਲਿਗ ਹੈ ਜੋ ਕਿ ਉਹ ਉਸਨੂੰ ਤੰਗ ਪਰੇਸ਼ਾਨ ਕਰਦਾ। ਪਰ ਅਗਲੇ ਹੀ ਦਿਨ ਲੜਕਾ ਜੋਬਨ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ 15 ਤੋਂ 20 ਬੰਦੇ ਇਕੱਠੇ ਕਰ ਸਾਡੇ ਘਰ ਤੇ ਹਮਲਾ ਕਰ ਦਿੰਦੇ ਨੇ ਤੇ ਸਾਡੇ ਦੋਵੇਂ ਪਿਓ ਪੁੱਤਰ ਦੇ ਸਿਰ ਪਾੜ ਦਿੱਤੇ ਤੇ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ, ਜਿਸ ਦੇ ਚਲਦਿਆਂ ਸਾਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਹੋਰ ਉਹਨਾਂ ਦਾ ਕੀ ਕਹਿਣਾ, ਆਓ ਸੁਣਦੇ ਹਾਂ ਉਹਨਾਂ ਤੋਂ। ਸਾਡੇ 4 ਵਜੇ ਲੋਕ ਆਏ, 20-25 ਲੋਕ ਆਏ ਸਾਡੇ ਘਰੇ ਆ ਕੇ, ਉਹਨਾਂ ਨੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਅਤੇ ਮੇਰੇ ਹਸਬੈਂਡ ਅਤੇ ਮੇਰੇ ਬੇਟੇ ਨੂੰ ਲਹੂਲੁਹਾਣ ਕਰਕੇ ਇੱਕ ਤਰਫਾ ਮਾਰ ਕੇ ਚਲੇ ਗਏ ਸੀ। ਬਹੁਤ ਹੱਥ ਉਹਨਾਂ ਦੇ ਮੰਮੀ ਪਾਪਾ ਸਾਰੇ ਨਾਲ ਸੀ ਅਤੇ ਹੱਥ ਪੈਰ ਵੀ ਜੋੜੇ, ਪਰ ਉਹਨਾਂ ਨੇ ਕਿਸੇ ਨੇ ਸੁਣੀ ਨਹੀਂ ਸਾਡੀ। ਉਹਨਾਂ ਕੋਲ ਸਾਰੇ ਹਥਿਆਰ ਸੀ ਅਤੇ ਤਰਪਾਨਾਂ ਸੀ, ਰਿਵੋਲਵਰ ਸੀ, ਬਹੁਤ ਸਾਰੇ ਹਥਿਆਰ ਸੀ ਜਿਨ੍ਹਾਂ ਨਾਲ ਮੇਰੇ ਹਸਬੈਂਡ ਅਤੇ ਮੇਰੇ ਬੇਟੇ ਨੂੰ ਲਹੂਲੁਹਾਣ ਕਰਕੇ ਮਾਰ ਕੇ ਚਲੇ ਗਏ। ਤੁਹਾਨੂੰ ਵੀ ਕੁੱਟਿਆ? ਹਾਂਜੀ, ਮੈਨੂੰ ਕੁੱਟਿਆ ਅਤੇ ਮੇਰੇ ਬੇਟੇ ਨੂੰ ਵੀ ਮਾਰਿਆ ਉਹਨਾਂ ਨੂੰ। ਕਾਰਨ ਕਾਹਦੀ ਵੱਲੋਂ ਕੁੱਟਿਆ? ਉਹ ਕਹਿੰਦੇ ਬਸ ਖਾਲੀ ਕਰਕੇ ਚਲੇ ਜਾਓ, ਨਹੀਂ ਅਸੀਂ ਤੁਹਾਨੂੰ ਸ਼ਾਮ ਤੱਕ ਮਾਰ ਦੇਣਾ। ਨਹੀਂ, ਕਾਰਨ ਕਾਹਦੀ ਵੱਲੋਂ ਕੁੱਟਿਆ? ਕਾਰਨ ਉਹ ਮੇਰੀ ਬੇਟੀ ਨੂੰ ਤੰਗ ਪਰੇਸ਼ਾਨ ਕਰਦਾ ਸੀ, ਉਹਦਾ ਬੇਟਾ। ਕੌਣ ਸੀਗਾ? ਉਹਦਾ ਨਾਮ ਜੋਬਨ ਸੀ। ਤੁਹਾਡੀ ਬੇਟੀ ਦੀ ਕਿੰਨੀ ਉਮਰ ਹੈ? ਉਹਦੀ 15 ਸਾਲ ਦੀ ਉਮਰ ਆ। ਸਕੂਲ ਆਉਂਦੀ ਜਾਂਦੀ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ। ਮੇਰੀ ਬੇਟੀ ਨੂੰ ਕਹਿੰਦਾ ਜੇ ਨਾ ਤੂੰ ਆਪਣੇ ਘਰ ਦੱਸਿਆ ਤੇ ਮੈਂ ਤੇਰੇ ਘਰ ਆ ਕੇ ਇੱਦਾਂ ਥੱਲੇ ਉੱਤਰ ਕੇ ਸਾਰਿਆਂ ਨੂੰ ਮਾਰ ਦੇਣਾ। ਉਹਨੇ ਉੱਦਾਂ ਹੀ ਕੀਤਾ। ਜਦੋਂ ਮੇਰੀ ਬੇਟੀ ਨੇ ਦੱਸਤਾ, ਦੂਜੇ ਦਿਨ ਉਹ ਸਾਡੇ ਘਰ ਉੱਤਰੇ ਆਏ। ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ? ਹਾਂਜੀ, ਪੁਲਿਸ ਨੂੰ ਕੀਤੀ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਸਾਨੂੰ ਕੋਈ ਪੁੱਛ ਨਹੀਂ ਰਿਹਾ ਹੈ ਅਤੇ ਉਹਨਾਂ ਨੂੰ ਹੀ ਸਾਨੂੰ ਸਿਰਫ ਇਹੀ ਕਿਹਾ ਜਾਂਦਾ ਹੈ ਅਤੇ ਰਾਜ਼ੀਨਾਮਾ ਕਰ ਲਓ। ਕਿੰਨੇ ਲੋਕ ਆਉਂਦੇ ਸਾਨੂੰ ਫੋਨ ਆਉਂਦੇ ਵੀ ਬਸ ਰਾਜ਼ੀਨਾਮਾ ਕਰ ਲਓ। ਪੁਲਿਸ ਵੱਲੋਂ ਵੀ ਕਿਹਾ ਗਿਆ ਤੁਹਾਨੂੰ? ਹਾਂਜੀ। ਹੁਣ ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਬਸ ਅਸੀਂ ਇਨਸਾਫ ਚਾਹੁੰਦੇ ਹਾਂ ਵੀ ਸਾਡੇ ਨਾਲ ਇਨਸਾਫ ਹੋਵੇ ਅਤੇ ਉਹਨਾਂ ਦੀਆਂ ਧਮਕੀਆਂ ਹੀ ਨਹੀਂ ਕਿ ਅਸੀਂ ਤੁਹਾਨੂੰ ਮਾਰ ਦੇਣਾ। ਠੀਕ ਹੈ। ਅੱਜ ਮੇਰਾ ਕੀ ਨਾਮ ਹੈ? ਮੇਰਾ ਨਾਮ ਮਨਵਿੰਦਰ ਸਿੰਘ ਹੈ। ਅਤੇ ਕੀ ਗੱਲਬਾਤ ਹੋਈ ਜੀ? ਗੱਲਬਾਤ ਭਾਅ ਜੀ ਕੁਛ ਨਹੀਂ ਹੋਈ, ਮੈਂ ਆਪਣੇ ਘਰ ਸੀਗਾ ਅਤੇ ਕੁਛ ਮੁੰਡਿਆਂ ਨੇ ਸਵੇਰੇ ਤੜਕੇ 5 ਵਜੇ ਦੇ ਕਰੀਬ ਉੱਪਰੋਂ ਛੱਤ ਤੋਂ ਆਏ, ਸਾਡੀ ਛੱਤ ਖੁੱਲ੍ਹੀ, ਉੱਪਰ ਪੌੜੀ 'ਤੇ ਕੋਈ ਲੱਗਿਆ ਨਹੀਂ ਗੁੰਮਚੇ ਵਗੈਰਾ। 15-20 ਇਕੱਠੇ ਜਣੇ ਹੋ ਗਏ, ਕੋਈ ਧਾਰ ਹਥਿਆਰ ਸੀ ਉਹਨਾਂ ਦੇ ਕੋਲ ਅਤੇ ਉਹਨਾਂ ਨੇ ਆ ਕੇ ਜੀ ਮੇਰੇ ਨਾਲ ਕੁੱਟਮਾਰ ਸ਼ੁਰੂ ਕਰਨੀ ਕੀਤੀ। ਉਸ ਤੋਂ ਬਾਅਦ ਮੇਰੇ ਗੰਨ ਰੱਖੀ ਉਹਨਾਂ ਨੇ ਅਤੇ ਮੈਨੂੰ ਕਹਿੰਦੇ ਵੀ ਜੇ ਤੂੰ ਰਿਪੋਰਟ ਦਿੱਤੀ ਆਪਾਂ ਤੈਨੂੰ ਅਗਲੀ ਵਾਰ ਜਾਨੋਂ ਮਾਰ ਦਾਂਗੇ। ਮੈਨੂੰ, ਮੇਰੀ ਫੈਮਲੀ ਨੂੰ, ਮੇਰੀ ਬੇਟੀ ਨੂੰ, ਮੇਰੀ ਵਾਈਫ ਨੂੰ ਅਤੇ ਮੇਰੇ ਬੇਟੇ ਨੂੰ, ਸਾਨੂੰ ਚੰਗੀ ਤਰ੍ਹਾਂ ਉਹਨੇ ਹਰ ਇੱਕ ਹਥਿਆਰ ਦੇ ਨਾਲ ਕੁੱਟਮਾਰ ਕਰਕੇ ਲਹੂਲੁਹਾਣ ਕਰਕੇ ਮਾਰ ਕੇ ਸੁੱਟ ਕੇ ਗਏ। ਅਸੀਂ ਰੱਬ ਸੋਟ ਵੀ ਬਚੇ ਜੀ। ਅਤੇ ਇਹ ਤੋਂ ਪਹਿਲਾਂ ਕਿ ਮਤਲਬ ਸਾਡੇ ਕੋਈ ਲਾਗੇ ਆਉਂਦਾ, ਉਸ ਤੋਂ ਪਹਿਲਾਂ ਉਹ ਭੱਜ ਗਏ ਸੀ ਉੱਥੋਂ। ਸਾਨੂੰ ਪੂਰੀ ਤਰ੍ਹਾਂ ਕੁੱਟ ਕੇ ਗਏ ਹਾਂ, ਹਰ ਇੱਕ ਹਥਿਆਰ ਸਾਡੇ 'ਤੇ ਮਾਰੇ ਹਾਂ। ਕਿੰਨੇ ਜਣੇ ਫਟ ਹੋਏ? ਅਸੀਂ 2 ਜਣੇ ਫਟਰ ਹੋਏ ਹਾਂ ਜੀ, ਬਾਕੀ ਮੇਰੇ ਵਾਈਫ ਦੇ ਅਤੇ ਮੇਰੀ ਬੇਟੀ ਦੇ ਅੰਦਰੂਨੀ ਸੱਟਾਂ ਲੱਗੀਆਂ, ਜਿਹੜੀਆਂ ਕਿ ਮਤਲਬ ਜਿਵੇਂ ਕਿ ਉਹਨਾਂ ਦੇ ਵਾਲ ਵੂਲ ਟੋਟਲ ਕਿੰਨੇ ਕੁ ਜਾਣੇ ਸੀਗੇ? 15-20 ਜਣੇ ਸੀਗੇ ਜੀ ਟੋਟਲ, ਜਿਹੜੇ ਆਏ ਸੀਗੇ ਸਾਡੇ ਘਰ। ਕੀ ਉਹਨਾਂ ਨੂੰ ਕੋਈ ਪੁਰਾਣੀ ਰੰਜਿਸ਼ ਜਾਂ ਕੌਣ ਸੀਗੇ ਜਾਂ ਕਾਹਦੀ ਗੱਲ ਹੋਈ? ਕੋਈ ਰੰਜਿਸ਼ ਨਹੀਂ ਸੀ ਹੈਗੀ ਜੀ। ਮੇਰੀ ਬੇਟੀ ਆ 15 ਸਾਲ ਦੀ ਅਤੇ ਉਹਨੂੰ ਇੱਕ ਲੜਕਾ ਜੀ ਜੋਬਨ,
ਉਹ ਤੰਗ ਪਰੇਸ਼ਾਨ ਕਰਦਾ ਸੀ, ਰਸਤੇ ਦੇ ਵਿੱਚ ਘੇਰਦਾ ਸੀ, ਧਮਕੀਆਂ ਦਿੰਦਾ ਸੀ ਕਿ ਮੇਰਾ ਨੰਬਰ ਫੜ, ਮੇਰੇ ਨਾਲ ਗੱਲਬਾਤ ਕਰ, ਅਤੇ ਜੇ ਤੂੰ ਨਹੀਂ ਕਰੇਂਗੀ ਮੈਂ ਤੇਰੇ ਭਰਾ ਨੂੰ ਜਾਂ ਤੈਨੂੰ ਮਾਰ ਦੂੰਗਾ, ਤੁਹਾਡੇ ਘਰ ਮੈਂ ਉਤਰਿਆਉਂਗਾ, ਮੈਨੂੰ ਕੋਈ ਰੋਕ ਨਹੀਂ ਸਕਦਾ, ਅਤੇ ਮਤਲਬ ਕਿ ਮੇਰੀ ਪੂਰੀ ਚੱਲਦੀ ਇੱਥੇ, ਅਤੇ ਕੋਈ ਮੈਨੂੰ ਫੜਾ ਨਹੀਂ ਸਕਦਾ ਅੱਜ ਤੱਕ ਨਾ ਕਿਸੇ ਨੇ ਫੜਾਇਆ ਮੈਨੂੰ। ਅਤੇ ਇਹ ਸ਼ਬਦ ਬੋਲ ਕੇ ਉਹਨੇ ਜ਼ਬਰਦਸਤੀ ਮੇਰੀ ਬੱਚੀ ਨੂੰ ਉਹਨਾਂ ਨੇ ਪਹਿਲਾਂ ਨੰਬਰ ਫੜਾਇਆ ਆਪਣਾ, ਅਤੇ ਫਿਰ ਉਸ ਤੋਂ ਬਾਅਦ ਧਮਕਾਇਆ ਡਰਾਇਆ ਕਿ ਤੂੰ ਮੈਨੂੰ ਫੋਨ ਨਹੀਂ ਕਰਦੀ, ਅਤੇ ਇੱਕ ਦਿਨ ਕੋਠੇ 'ਤੇ ਖੜ੍ਹ ਕੇ ਸਾਹਮਣੇ ਦੂਜੇ ਕੋਠੇ 'ਤੇ ਕਹਿੰਦਾ ਕਿ ਮੈਂ ਤੁਹਾਡੇ ਘਰ ਉੱਤਰ ਲੱਗਿਆ ਨਹੀਂ, ਮੈਨੂੰ ਫੋਨ ਕਰ। ਮੇਰੀ ਬੇਟੀ ਉਸ ਦਿਨ ਇਕੱਲੀ ਸੀਗੀ ਘਰ, ਅਸੀਂ ਗਏ ਹੋਏ ਸੀ ਬਾਹਰ ਚਰਚ ਦੇ ਵਿੱਚ, ਅਤੇ ਮੇਰੀ ਬੇਟੀ ਨੇ ਆਪਣੇ ਫੋਨ ਆਪਣੀ ਮੰਮੀ ਦੇ ਫੋਨ ਤੋਂ ਉਹਨੂੰ ਫੋਨ ਕੀਤਾ, ਫਿਰ ਉਹਨੇ ਉਹਨਾਂ 'ਚ ਗੱਲਬਾਤ ਕੀਤੀ। ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ, ਉਹਨੂੰ ਸਮਝਾਇਆ, ਮੋਤਵਰ ਬੰਦਿਆਂ ਨੂੰ ਵਿੱਚ ਪਾ ਕੇ ਉਹਨੂੰ ਸਮਝਾਇਆ, ਉਹਦੇ ਪਾਪਾ ਨਾਲ ਵੀ ਗੱਲ ਵੀ ਸਮਝਾਇਆ ਕਿ ਆਪਣੇ ਬੇਟੇ ਨੂੰ ਸਮਝਾ, ਮੇਰੀ ਬੇਟੀ ਨਾਬਾਲਗ ਆ, ਗਲਤ ਕੰਮ ਕਰ ਰਿਹਾ। ਉਹਦੇ ਬਾਵਜੂਦ ਵੀ ਮਤਲਬ ਉਹਨੂੰ ਇਹ ਡਰ ਪਿਆ, ਕੋਈ ਨਹੀਂ ਹੈਗਾ ਕਿ ਹਾਂ ਅਸੀਂ ਮਤਲਬ ਕਿ ਉਹਦੇ ਪਾਪਾ ਨਾਲ ਗੱਲ ਕੀਤੀ ਹੈ, ਚਾਰ ਮੋਤਵਰ ਬੰਦਿਆਂ 'ਚ ਗੱਲ ਕੀਤੀ ਆ। ਉਹਨੇ ਮਿਲ ਕੇ ਫਿਰ ਵੀ ਬੰਦੇ ਘਰ ਲੈ ਕੇ ਆਇਆ, ਸਾਡੇ 'ਤੇ ਹਮਲਾ ਕੀਤਾ, ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ, ਕੁੱਟਮਾਰ ਕੀਤੀ ਆ, ਮੇਰੇ ਬੇਟੇ ਦਾ ਸਿਰ ਪੂਰਾ ਖੋਲ੍ਹ ਦਿੱਤਾ ਪਿੱਛੇ ਤੋਂ, ਮੇਰਾ ਸਿਰਾ ਸਾਰਾ ਉੱਪਰੋਂ ਪਾੜ ਦਿੱਤਾ ਆ। ਪੁਲਿਸ ਨੂੰ ਕੰਪਲੇਂਟ ਕੀਤੀ? ਭਾਅ ਜੀ ਪੁਲਿਸ ਦੀ ਕੋਈ ਸੁਣਵਾਈ ਨਹੀਂ, ਅਸੀਂ ਕੰਪਲੇਂਟ ਕੀਤੀ ਆ, ਇੱਥੇ ਸਾਡੇ ਬਿਆਨ ਵੀ ਲੈ ਕੇ ਗਏ ਹਾਂ, ਬਿਆਨ ਮੇਰੇ ਬੇਟੇ ਦੇ ਲੈ ਕੇ ਗਏ ਹਾਂ, 17 ਸਾਲ ਦਾ ਜੋ ਕਿ ਨਾਬਾਲਗ ਆ, ਸੈਨ ਜਬਰ ਨੂੰ ਮੇਰੇ ਤੋਂ ਕਰਵਾ ਕੇ ਲੈ ਕੇ ਗਏ। ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਪੜ੍ਹਨ ਲਈ ਦਿਓ, ਤਾਂ ਉਹਨਾਂ ਦਾ ਜਵਾਬ ਸੀਗਾ ਕਿ ਆਪਾਂ 2 ਤੋਂ 3 ਵਾਰ ਫਿਰ ਬਿਆਨ ਲੈਣਾ ਹੁਣ, ਵੀ ਇਹ ਹਜੇ ਕੱਚਾ ਬਿਆਨ ਆ। ਪਰ ਜਦੋਂ ਬਾਅਦ ਵਿੱਚ ਮੈਂ ਫੋਨ ਕਾਲ 'ਤੇ ਐਸ ਆਈ ਸਾਹਿਬ ਨਾਲ ਗੱਲ ਕੀਤੀ, ਅਤੇ ਉਹ ਮੈਨੂੰ ਗੋਪਾਲ ਜੀ ਕਹਿ ਰਹੇ ਆ, ਕਹਿੰਦੇ ਵੀ ਨਹੀਂ ਤੁਹਾਡਾ ਫਾਈਨਲ ਸੀਗਾ ਉਹ ਬਿਆਨ। ਮੈਂ ਕਿਹਾ ਵੀ ਸਰ ਤੁਸੀਂ ਤਾਂ ਮੈਨੂੰ ਕਿਹਾ ਸੀ, ਫਿਰ ਉਹ ਮੁੱਕਰ ਗਏ ਕਾਲ 'ਤੇ, ਮੇਰੇ ਕੋਲ ਦੋਨੋਂ ਟਾਈਮ ਦੀ ਰਿਕਾਰਡਿੰਗ ਆ, ਜਦੋਂ ਉਹ ਮੁੱਕ ਰਹੇ ਇੱਥੇ ਵੀ ਉੱਥੇ ਵੀ, ਅਤੇ ਉਹਨਾਂ ਨੇ ਕਾਰਨ ਕੀ ਸਮਝਦੇ ਜਿਹੜਾ ਪੁਲਿਸ ਕੋਈ ਕਾਰਵਾਈ ਕਰ? ਪੁਲਿਸ ਕਾਰਵਾਈ ਹੁਣ ਦੇਖੋ ਜੀ, ਸਿੱਧੀ ਗੱਲ ਆ, ਪੁਲਿਸ ਕਾਰਵਾਈ ਕੋਈ ਨਹੀਂ ਹੋ ਰਹੀ ਸਾਡੇ 'ਤੇ, ਸਾਡੀ ਕੋਈ ਹੈਲਪ ਨਹੀਂ ਹੋ ਰਹੀ ਕਿਸੇ ਵੀ ਪੱਖੋਂ ਸਾਨੂੰ, ਮਤਲਬ ਕਿ ਅਗਰ ਪੁਲਿਸ ਦੇ, ਪੁਲਿਸ ਕਹੀ ਜਾਂਦੀ ਹੈ ਸਾਡੇ ਕੋਲ ਅੱਗੇ ਬਿਆਨ ਦਿਓ, ਅਤੇ ਸਰ ਮੇਰੀ ਹਾਲਤ ਦੇਖੋ, ਮੈਨੂੰ ਕਿਸੇ ਉੱਚ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ? ਨਹੀਂ, ਸਾਡੀ ਗੱਲ ਹੋਣੀ ਨਹੀਂ, ਮੇਰੀ ਵਾਈਫ ਉਹ ਵੀ ਇੱਥੇ ਆ, ਮੈਂ ਇੱਥੇ ਆ, ਮੈਨੂੰ ਚੱਕਰ ਆਉਂਦੇ ਅਗਰ ਮੈਂ ਖੜ੍ਹਾ ਹੁੰਦਾ ਤਾਂ ਮੈਂ ਨਹੀਂ ਜਾ ਸਕਦਾ। ਪੁਲਿਸ ਕਹੀ ਜਾਂਦੀ ਹੈ ਕਿ ਟਾਈਮ ਦਿੱਤਾ ਤੁਸੀਂ ਆਉਂਦੇ ਨਹੀਂ, ਤੁਸੀਂ ਆਉਂਦੇ ਨਹੀਂ, ਸਾਡੀ ਕੋਈ ਸੁਣਵਾਈ ਨਹੀਂ। ਸਾਨੂੰ ਟਾਈਮ ਦਿੱਤਾ ਸਾਨੂੰ ਸਰ ਫੋਨ 'ਤੇ, ਜਿਹੜੇ ਉਹਨਾਂ ਦੇ ਵਿੱਚ ਬੰਦੇ ਆ ਉਹ ਫੋਨ 'ਤੇ ਦੱਸਦੇ ਆ ਕਿ ਤੁਹਾਨੂੰ ਇੰਨੇ ਟਾਈਮ 'ਤੇ, ਕੱਲ੍ਹ ਵੀ 6 ਵਜੇ ਬੁਲਾਇਆ ਸੀਗਾ, ਪਰ ਮੇਰੀ ਹਾਲਤ ਨਹੀਂ ਜਾਣਦੀ, ਮੇਰੀ ਵਾਈਫ ਕਿੱਦਾਂ ਮੈਨੂੰ ਛੱਡ ਕੇ ਜਾ ਸਕਦੀ, ਇੱਥੇ ਕੋਈ ਦਵਾਈ ਵਾਲਾ ਨਹੀਂ, ਕੋਈ ਮੈਨੂੰ ਫੁਲਮਾਨ ਕੀ ਕਰਦੇ? ਮੰਗ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ। ਦੇਖੋ ਬੰਦੇ ਆਉਂਦੇ ਮੂੰਹ ਖੁੱਲ੍ਹੇ ਪਏ ਬਹੁਤ ਜ਼ਿਆਦਾ, ਹਾਲੇ ਤੱਕ 4-5 ਦਿਨ ਹੋ ਚੁੱਕੇ ਹਨ 29 ਤਰੀਕ ਦੀ ਵਾਰਦਾਤ ਆ, ਹਾਲੇ ਤੱਕ ਉਹ ਬੰਦੇ ਆਜ਼ਾਦ ਘੁੰਮਦੇ ਆ, ਕੋਈ ਕਾਰਵਾਈ ਨਹੀਂ। ਉਹ ਸਿੱਧੇ ਕਹਿੰਦੇ ਫਿਰਦੇ ਆ ਵੀ ਅਸੀਂ ਬੰਦਾ ਪੱਟਤਾ ਅਤੇ ਉਹਨਾਂ ਤੋਂ ਕੁਛ ਨਹੀਂ ਹੋਇਆ, ਅਤੇ ਜੇ ਦੁਬਾਰਾ ਪੰਗਾ ਲਏਗਾ, ਉਹਨੇ ਮੈਨੂੰ ਧਮਕੀ ਦਿੱਤੀ ਹੈ ਮੇਰੇ ਗੰਨ ਰੱਖ ਕੇ ਇੱਥੇ ਕਿ ਜੇ ਤੂੰ ਰਿਪੋਰਟ ਕੀਤੀ ਆਪਾਂ ਤੇਰੇ ਗੋਲੇ ਅਗਲੀ ਵਾਰ ਗੋਲੀਆਂ ਮੱਥੇ 'ਚ ਮਾਰ ਦੇਣੀਆਂ। ਭਾਅ ਜੀ ਉਹ ਮਾਰ ਸਕਦੇ ਹਾਂ ਕਿਉਂਕਿ ਉਹਨਾਂ ਨੇ ਪਹਿਲਾਂ ਵਾਰਦਾਤ ਕਰਤੀ, ਘਰ ਦੇ ਵਿੱਚ ਘੁਸ ਕੇ, ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਬਸ ਮੇਰੀ ਇਹੀ ਮੰਗ ਹੈ ਜੀ ਕਿ ਦੇਖੋ ਕੱਲ੍ਹ ਕਲਾਂ ਨੂੰ ਕੋਈ ਮੇਰੇ ਬੱਚੇ ਨਾਲ, ਮੇਰੇ ਦੂਜੇ ਛੋਟੇ ਬੱਚੇ ਆ, ਬਹੁਤ ਛੋਟੇ ਆ, ਮੇਰਾ ਬੇਟਾ ਜੀ 2.5 ਸਾਲ ਦਾ ਸਿਰਫ, ਦੂਜਾ ਬੇਟਾ 9 ਸਾਲ ਦਾ, ਅਤੇ 17 ਸਾਲ ਦਾ ਬੇਟਾ, 15 ਸਾਲ ਦੀ ਬੇਟੀ ਆ, ਮੇਰੀ ਵਾਈਫ ਨਾਲ, ਕਿਉਂਕਿ ਉਹਨਾਂ ਨੇ ਕੁੱਟਮਾਰ ਕਰ ਲਈ ਆ, ਉਹਨਾਂ ਦੇ ਨਾਲ ਉਹਨਾਂ ਦੀ ਮਦਰ ਵੀ ਆਈ ਆ ਉਹ ਮੁੰਡੇ ਦੀ, ਅਤੇ ਉਹਦੇ ਪਾਪਾ ਵੀ ਸਾਡੇ ਘਰ ਉਤਰੇ ਆ, ਠੀਕ ਹੈ ਜੀ, ਉਹਨਾਂ ਨੇ ਵੀ ਕੁੱਟਮਾਰ ਕੀਤੀ ਆ। ਅਤੇ ਉਸ ਤੋਂ ਬਾਅਦ ਕੱਲ੍ਹ ਕਲਾਂ ਨੂੰ ਕੋਈ ਸਾਡਾ ਨੁਕਸਾਨ ਹੁੰਦਾ, ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਉਹ ਲੋਕ ਹੋਣਗੇ ਜਿਨ੍ਹਾਂ ਦੇ ਵਿਰੁੱਧ ਅਸੀਂ ਕਾਰਵਾਈ ਪਾਈ ਆ, ਪਰ ਕੋਈ ਕਾਰਵਾਈ ਸਾਡੀ ਸੁਣਵਾਈ ਨਹੀਂ ਕੀਤੀ ਗਈ। ਠੀਕ ਹੈ। ਉੱਥੇ ਹੀ ਥਾਣਾ ਵੇਰਕਾ ਤੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੀ ਦੱਸਿਆ, ਆਓ ਸੁਣਦੇ ਹਾਂ ਉਹਨਾਂ ਤੋਂ। ਸਰ ਇੱਕ ਕੰਪਲੇਂਟ ਆਈ ਸੀ ਕਿ ਤੁਹਾਡੇ ਕੋਲ, ਕੀ ਮਾਮਲਾ ਕੀ ਹੈ ਜੀ? ਉਹਨਾਂ ਬਲਵਿੰਦਰ ਬਲਵਿੰਦਰ ਸਿੰਘ ਧਿਰ, ਇੱਕ ਜੋਬਜੀਤ ਸਿੰਘ ਧਿਰ, ਇਹਨਾਂ ਦਾ ਆਪਸ ਵਿੱਚ ਝਗੜਾ ਹੈ, ਇਹ ਦੋਨਾਂ ਤਰ੍ਹਾਂ ਨੇ ਡਾਕਟਰ ਲੈ ਕੇ ਤੇ ਹਸਪਤਾਲ ਦਾਖਲ ਹੋਏ। ਬਲਵਿੰਦਰ ਸਿੰਘ ਧਿਰ ਦਾਖਲਾ, ਬਲਵਿੰਦਰ ਸਿੰਘ ਧਿਰ ਦਾ ਮੁੜ ਕੇ ਨਾ ਏਸੀ ਸਾਹਿਬ ਸਿੰਘ ਬਿਆਨ ਲੈਣ ਗਿਆ ਕਾਵੇ ਲਈ, ਤਾਂ ਉਹਨਾਂ ਬਲਵਿੰਦਰ ਸਿੰਘ ਨੇ ਬਿਆਨ ਦਿੱਤਾ ਆਪਣਾ ਵੀ ਜਿੰਨਾ ਚਿਰ ਮੇਰੀ MLR ਜਾਰੀ ਨਹੀਂ ਹੁੰਦੀ, ਆਪਣੀ ਲੰਬੀਆਂ ਸੱਟਾਂ ਦਾ ਨਤੀਜਾ ਨਹੀਂ ਆਉਂਦਾ, ਉਹਨਾਂ ਚਿਰ ਮੈਂ ਕਾਰਵਾਈ ਨਹੀਂ ਕਰਾਉਣੀ, ਨਤੀਜਾ ਆਉਣ 'ਤੇ ਮੈਂ ਕਾਰਵਾਈ ਕਰਾਵਾਂਗਾ। ਜੋ
ਉਹ ਆਪਾਂ ਦੀ ਰੁੱਟ ਪਾਈ ਆ ਜੋ ਹੁਣ ਜਦੋਂ ਐੱਮ ਐੱਲ ਏ ਜਾਰੀ ਹੁੰਦੀ ਆ ਤਾਂ ਉੱਥੇ ਤੁਸੀਂ ਜਿਹੜੇ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਵੇ। ਸਰ ਝਗੜੇ ਦਾ ਕਾਰਨ ਤਾਂ ਪਤਾ ਲੱਗਾ, ਉਹਨਾਂ ਦਾ ਕਹਿਣਾ ਸੀ ਸਾਡੀ ਕੁੜੀ ਦੀ ਛੇੜਛਾੜ ਦਾ ਕੋਈ ਨਾ। ਨਹੀਂ ਅਜੇ ਕੋਈ ਐਸੀ ਗੱਲ ਨਹੀਂ ਦੱਸੀ ਉਹਨਾਂ ਨੇ ਕੋਈ, ਜਦੋਂ ਆਪਣਾ ਬਿਆਨ ਮੁਕੰਮਲ ਬਿਆਨ ਦੇਣਗੇ ਉਸ ਅਨੁਸਾਰ ਕਾਰਵਾਈ ਹੁੰਦੀ ਹੈ। ਠੀਕ ਹੈ ਜੀ।